ਟ੍ਰਾਈ ਸਿਟੀ ਵਿੱਚ ਵੀਕਐਂਡ ਕਰਫਿਊ ਲਗਾਉਣ ਦਾ ਮਾਮਲਾ ਕਰਫਿਊ ਸੰਬੰਧੀ ਪੰਜਾਬ ਸਰਕਾਰ ਨੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕਰਫਿਊ ਲਗਾਉਣ ਦਾ ਸੁਝਾਅ ਦਿੱਤਾ ਹੈ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖਿਆ ਹੈ ਦੋਹਾਂ ਸੂਬਿਆਂ ਤੋਂ ਕਰਫਿਊ ਲਗਾਉਣ ਲਈ ਸਹਿਮਤੀ ਮੰਗੀ ਹੈ ਚੰਡੀਗੜ੍ਹ ਦੇ ਪ੍ਰਸ਼ਾਸਕ ਬੁੱਧਵਾਰ ਨੂੰ ਫੈਸਲਾ ਲੈ ਸਕਦੇ ਨੇ ਹਾਲਾਂਕਿ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝਾ ਕਰਦੀ ਹੈ ਕਿ ਮੋਹਾਲੀ ਅਤੇ ਪੰਚਕੂਲਾ ਵਿੱਚ ਵੀ ਵੀਕਐਂਡ ਕਰਫਿਊ ਤੇ ਸਹਿਮਤੀ ਮੰਗੀ ਗਈ ਹੈ ਦੋਹਾਂ ਸੂਬਿਆਂ ਤੋਂ ਕਿਉਂਕਿ ਟ੍ਰਾਈ ਸਿਟੀ ਦੇ ਨਾਲ ਇਹ ਦੋਨੋਂ ਜ਼ਿਲ੍ਹੇ ਲੱਗਦੇ ਨੇ ਇਸ ਵਿਚਕਾਰ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਟ੍ਰਾਈ ਸਿਟੀ ਦੇ ਵਿੱਚ ਕੋਰੋਨਾ ਕਹਿਰ ਬਰਕਰਾਰ ਹੈ ਤਾਂ ਡਾਕਟਰਾਂ ਵੱਲੋਂ ਪ੍ਰਸ਼ਾਸਨ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਟ੍ਰਾਈ ਸਿਟੀ ਵਿੱਚ ਵੀਕਐਂਡ ਕਰਫਿਊ ਲਗਾਉਣਾ ਚਾਹੀਦਾ ਹੈ ਹਾਲਾਂਕਿ ਕਰਫਿਊ ਸੰਬੰਧੀ ਪੰਜਾਬ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਤਰਲੋਚਨ ਜੀ ਮੇਰੇ ਸਹਿਯੋਗੀ ਹੋਰ ਜਾਣਕਾਰੀ ਦੇ ਨਾਲ ਬਣ ਗਏ ਨੇ ਤਾਂ ਤਰਲੋਚਨ ਜੀ ਕੋਰੋਨਾ ਕਹਿਰ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਇਹ ਸੁਝਾਅ ਦਿੱਤਾ ਗਿਆ ਪ੍ਰਸ਼ਾਸਨ ਨੂੰ ਕਿ ਟ੍ਰਾਈ ਸਿਟੀ ਵਿੱਚ ਵੀਕਐਂਡ ਕਰਫਿਊ ਲਗਾਉਣਾ ਚਾਹੀਦਾ ਤੇ ਮੋਹਾਲੀ ਤੇ ਪੰਚਕੂਲਾ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਕਿਉਂਕਿ ਉਹ ਨਾਲ ਲੱਗਦੇ ਇਲਾਕੇ ਨੇ ਹਾਲਾਂਕਿ ਪੰਜਾਬ ਸਰਕਾਰ ਦਾ ਅੱਗੇ ਕੀ ਰੁਖ ਰਹੇਗਾ ਹਰਿਆਣਾ ਸਰਕਾਰ ਦਾ ਕੀ ਰੁਖ ਰਹੇਗਾ ਹੁਣ ਇਸ ਤੇ ਸਭ ਤੇ ਨਜ਼ਰ ਬਿਲਕੁਲ ਸ਼ਕਤੀ ਜਿਵੇਂ ਤੁਸੀਂ ਦੱਸਿਆ ਕੱਲ੍ਹ ਚੰਡੀਗੜ੍ਹ ਪ੍ਰਸ਼ਾਸਨ ਦੀ ਬਾਰ ਰੂਮ ਦੀ ਮੀਟਿੰਗ ਸੀ ਉਹਦੇ ਵਿੱਚ ਜਿਹੜਾ ਰਿਪੋਰਟ ਪੇਸ਼ ਕੀਤੀ ਵੀ ਕੁੱਲ ਪੋਜ਼ਿਟਿਵ ਕੇਸ 737 ਹੋ ਗਏ ਨੇ ਐਕਟਿਵ ਕੇਸ 207 ਤੇ ਮੌਤਾਂ 12 ਹੋ ਗਈਆਂ ਨੇ ਤੇ ਉਸ ਮੌਕੇ ਜਿਹੜੇ ਡਾਕਟਰ ਸੀ ਐਕਸਪਰਟ ਸੀ ਉਹਨਾਂ ਨੇ ਰਾਏ ਦਿੱਤੀ ਵੀ ਇਹ ਸਾਰਾ ਕੁਛ ਲੋਕ ਜਿਹੜਾ ਮਾਸਕ ਨਹੀਂ ਪਾਉਂਦੇ ਤੇ ਸਰੀਰਕ ਵਿਥ ਨਹੀਂ ਰੱਖ ਰਹੇ ਦੀ ਪਾਲਣਾ ਨਹੀਂ ਕਰਦੇ ਉਹਦੇ ਕਰਕੇ ਹੋ ਰਿਹਾ ਔਰ ਇਹ ਐਡਵਾਈਸ ਦਿੱਤੀ ਗਈ ਉਹਦੇ ਵਿੱਚ ਵੀ ਵੀਕਐਂਡ ਮੌਕੇ ਮੁਕੰਮਲ ਕਰਫਿਊ ਲਾਉਣ ਦੀ ਲੋੜ ਹੈ ਉਹਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਜਿਹੜੇ ਪੰਜਾਬ ਦੇ ਰਾਜਪਾਲ ਨੇ ਬੀਪੀ ਸਿੰਘ ਬਦਨੌਰ ਉਹਨਾਂ ਨੇ ਇੱਕਦਮ ਇਹਦੇ ਤੇ ਐਕਸ਼ਨ ਲੈਂਦਿਆਂ ਕਿਹਾ ਵੀ ਬੁੱਧਵਾਰ ਉਹ ਇਹਦੇ ਤੇ ਕੋਈ ਫੈਸਲਾ ਲੈ ਸਕਦੇ ਨੇ ਕਰਫਿਊ ਲਾਉਣ ਦਾ ਵੀਕਐਂਡ ਕਰਫਿਊ ਲਾਉਣ ਦਾ ਨਾਲ ਦੀ ਨਾਲ ਜਿਹੜੇ ਪ੍ਰਸ਼ਾਸਕ ਦੇ ਸਲਾਹਕਾਰ ਨੇ ਮਨੋਜ ਪਰੀਦਾ ਉਹਨਾਂ ਨੇ ਹੰਗਾਮੀ ਹਾਲਤ ਵਿੱਚ ਇੱਕ ਲੈਟਰ ਲਿਖਿਆ ਪੰਜਾਬ ਦੇ ਮੁੱਖ ਸਕੱਤਰ ਤੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਉਹਨਾਂ ਨੂੰ ਤਜਵੀਜ਼ ਕੀਤੀ ਹੈ ਵੀ ਟ੍ਰਾਈ ਸਿਟੀ ਮੋਹਾਲੀ ਚੰਡੀਗੜ੍ਹ ਤੇ ਪੰਚਕੂਲਾ ਵਿੱਚ ਵੀਕਐਂਡ ਕਰਫਿਊ ਲਾਇਆ ਜਾਵੇ ਉਹ ਜਿਹਦੇ ਵਿੱਚ ਸਮਾਂ ਤਜਵੀਜ਼ ਕੀਤਾ ਕਿ ਹਰੇਕ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ ਭਾਵ 59 ਘੰਟੇ 59 ਘੰਟੇ ਜਿਹੜੇ ਨੇ ਲਗਾਤਾਰ ਕਰਫਿਊ ਲਿਆਉਣ ਦੀ ਤਜਵੀਜ਼ ਦਿੱਤੀ ਹੈ ਔਰ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇ ਇਕੱਲੇ ਚੰਡੀਗੜ੍ਹ 'ਚ ਕਰਫਿਊ ਲਾਇਆ ਗਿਆ ਤੇ ਉਹ ਬਹੁਤਾ ਪ੍ਰਭਾਵਸ਼ਾਲੀ ਨਹੀਂ ਹੋਣਾ ਉਹਦਾ ਕਾਰਨ ਇਹ ਹੈ ਕਿ ਚੰਡੀਗੜ੍ਹ ਵਿੱਚ ਪੰਜਾਬ ਸਕੱਤਰੇਤ ਹੈ ਚੰਡੀਗੜ੍ਹ ਵਿੱਚ ਹੀ ਹਰਿਆਣਾ ਸਕੱਤਰੇਤ ਹੈ ਚੰਡੀਗੜ੍ਹ ਵਿੱਚ ਹੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਔਰ ਇਸੇ ਤਰ੍ਹਾਂ ਪੰਜਾਬ ਦਾ ਸਿਹਤ ਵਿਭਾਗ ਹੈ ਜਿੱਥੇ 24 ਘੰਟੇ ਖੁੱਲ੍ਹਾ ਰਹਿੰਦਾ ਹੈ ਪੁਲਿਸ ਹੈੱਡਕੁਆਰਟਰ ਹੈ ਪੰਜਾਬ ਦਾ ਸਥਾਨਕ ਸਰਕਾਰ ਵਿਭਾਗ ਦਾ ਇੱਥੇ ਹੈੱਡ ਆਫਿਸ ਹੈ ਜਿੱਥੇ PCS ਅਫਸਰ ਇੱਕ ਆ ਗਿਆ ਸੀ ਔਰ ਮਿਊਨਸਿਪਲ ਭਵਨ ਨੂੰ ਸੀਲ ਕਰਨਾ ਪਿਆ ਸੀ ਸੋ ਇਹ ਗੱਲ ਕਹੀ ਗਈ ਹੈ ਵੀ ਪੰਚਕੂਲਾ ਮੋਹਾਲੀ ਤੇ ਚੰਡੀਗੜ੍ਹ ਤਿੰਨਾਂ ਸ਼ਹਿਰਾਂ ਵਿੱਚ ਟ੍ਰਾਈ ਸਿਟੀ 'ਚ ਕਰਫਿਊ ਲਾਇਆ ਜਾਵੇ ਇਹਦੇ ਬਾਰੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਰਵੀਨ ਟੁਕਰਾਲ ਨੇ ਬੜਾ ਸਪਸ਼ਟ ਕਰ ਦਿੱਤਾ ਵੀ ਉਹਨਾਂ ਨੇ ਹਾਲੇ ਮੋਹਾਲੀ ਵਿੱਚ ਕਰਫਿਊ ਲਾਉਣ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੋਈ ਸਹਿਮਤੀ ਨਹੀਂ ਦਿੱਤੀ ਪਰ ਅੱਜ ਔਰ ਕੱਲ੍ਹ ਇਹਦੇ 'ਤੇ ਕੋਈ ਨਾ ਕੋਈ ਫੈਸਲਾ ਪੰਜਾਬ ਤੇ ਹਰਿਆਣਾ ਸਰਕਾਰ ਵੀ ਲੈ ਸਕਦੀ ਬਿਲਕੁਲ ਤਾਂ ਦੋਹਾਂ ਸਰਕਾਰਾਂ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਟ੍ਰਾਈ ਸਿਟੀ ਵਿੱਚ ਵੀਕਐਂਡ ਕਰਫਿਊ ਨੂੰ ਲੈ ਕੇ ਇਸ ਤੇ ਸਭ ਦੀ ਨਜ਼ਰ ਰਹੇਗੀ ਪਰ ਡਾਕਟਰਾਂ ਵੱਲੋਂ ਜ਼ਰੂਰ ਹਾਲਾਤਾਂ ਨੂੰ ਦੇਖਦੇ ਹੋਏ ਇਹ ਸਲਾਹ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਧੰਨਵਾਦ ਤਮਾਮ ਗੱਲਬਾਤ ਲਈ